ਲਾਸਟ ਵੀਡੀਓ ਚ ਅਸੀਂ ਲਾਈਟ ਦਾ ਡਾਇਗਰਾਮ ਬਣਾਇਆ ਪਹਿਲੀ ਵਾਰੀ ਉਹਨੂੰ ਐਜ਼ ਅ ਟ੍ਰਾਂਸਵਰਸ ਵੇਵ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ ਸਮਝਿਆ ਔਰ ਉਹਦਾ ਡਾਇਗਰਾਮ ਕਿੱਦਾਂ ਬਣਾ ਸਕਦੇ ਹਾਂ ਉਹ ਬਣਾਇਆ ਹੁਣ ਕਦੇ ਵੀ ਗੱਲ ਹੋਏਗੀ ਜੇ ਲਾਈਟ ਦਿਖਾਨ ਦੀ ਤਾਂ ਇਹੋ ਜਿਹਾ ਡਾਇਗਰਾਮ ਬਣਾਉਣਾ ਪਵੇਗਾ ਨਹੀਂ ਇੰਨਾ ਨਹੀਂ ਇਹਨੂੰ ਬਹੁਤ ਆਸਾਨ ਕਰ ਦੇਣਾ ਹੈ ਅਸੀਂ ਬਹੁਤ ਹੀ ਸਿੰਪਲ ਤਰੀਕੇ ਨਾਲ ਲਾਈਟ ਦੀ ਅਸੀਂ ਫੀਲਡਸ ਔਸੀਲੇਟ ਹੁੰਦੀਆਂ ਦੱਸਣੀਆਂ ਹਨ ਕਿੱਦਾਂ ਕਰ ਸਕਦੇ ਹਾਂ ਥੋੜਾ ਸਿੰਪਲੀਫਾਈ ਕਰੀਏ ਸਿਰਫ ਫੋਕਸ ਕਰਾਂਗੇ ਅਸੀਂ ਇਲੈਕਟ੍ਰਿਕ ਫੀਲਡ ਤੇ ਤਾਂ ਇਹ ਜਿਹੜੀ ਮੈਗਨੇਟਿਕ ਫੀਲਡ ਹੈ ਸਾਨੂੰ ਪਤਾ ਹੀ ਹੈ 90 ਡਿਗਰੀ ਹੈ ਇਹਨੂੰ ਹਟਾ ਦਿੰਦੇ ਹਾਂ ਅਸਿਊਮ ਕਰ ਲਾਂਗੇ ਕਿ 90 ਡਿਗਰੀ ਤੇ ਹਨ ਤਾਂ ਲੈਟਸ ਇਗਨੋਰ ਬੀ ਤਾਂ ਸਾਡਾ ਡਾਇਗਰਾਮ ਬਹੁਤ ਹੀ ਸਿੰਪਲੀਫਾਈ ਹੋ ਜਾਣਾ ਹੈ ਹੁਣ ਸਾਨੂੰ ਇੱਕੋ ਡਾਇਰੈਕਸ਼ਨ ਚ ਇੱਕੋ ਹੀ ਪਲੇਨ ਚ ਇਲੈਕਟ੍ਰਿਕ ਫੀਲਡ ਹੀ ਦਿਖਾਣੇ ਹਨ ਹੁਣ ਤੁਸੀਂ ਕਹੋਗੇ ਸਰ ਕਿੱਥੇ ਗਈ ਮੈਗਨੇਟਿਕ ਫੀਲਡ ਅਸਿਊਮ ਇਟ ਇਜ਼ देयर ਇਨ ਦਾ xz प्लेन ਹੁਣ ਸਾਡਾ ਡਾਇਗਰਾਮ ਸਿੰਪਲ ਇਦਾਂ ਬਣ ਸਕਦਾ ਹੈ ਜਿੱਦਾਂ ਅਸੀਂ ਸਟਾਰਟ ਕੀਤਾ ਸੀ ਜਸਟ ਵੇਵ ਹਾਲੇ ਵੀ ਮੁਸ਼ਕਿਲ ਹੈ ਇਹਦੇ ਵਾਸਤੇ ਵੀ ਹਾਲਸ ਹੋ ਰਿਹਾ ਕਿ ਸਰ ਜੇ ਲਾਈਟ ਦਿਖਾਣੇ ਹੋਏ ਤਾਂ ਇਦਾਂ ਕਰਵ ਮਾਰਨੀ ਪੈਗੀ ਇਹਦੇ ਵਾਸਤੇ ਵੀ ਇਲਾਜ ਹੈ ਇਸ ਤੋਂ ਵੀ ਜ਼ਿਆਦਾ ਸਿੰਪਲਿਫਾਈ ਕਰ ਸਕਦੇ ਹਾਂ ਜੇ ਕੋਈ ਬੰਦਾ ਇਸ ਵੇਵ ਨੂੰ ਇੱਥੋਂ ਦੇਖੇ ਉਹਨੂੰ ਕੀ ਨਜ਼ਰ ਆਏਗਾ ਵੇਵ ਕਿ ਐਦਾਂ ਦੀ ਨਜ਼ਰ ਆਏਗੀ ਜਿੱਦਾਂ ਤੁਹਾਨੂੰ ਨਜ਼ਰ ਆ ਰਹੀ ਹੈ ਨਹੀਂ ਉਹਨੂੰ ਬੜੇ ਹੀ ਸਿੰਪਲ ਵੇਵ ਦਿਸਣੀ ਹੈ ऑसिलेट ਕਰਦੇ ਹੋਏ ਪਾਰਟੀਕਲ ਦਿਸਣੇ ਹਨ ਉੱਪਰ ਤੇ ਥੱਲੇ this is the view he will get and we will use this as to represent the light ਹੁਣ ਇੱਕ ਲਾਈਟ ਵੇਵ ਤੁਹਾਡੇ ਵੱਲ ਨੂੰ ਆਂਦੀ ਹੋਵੇ ਤਾਂ ਉਹਨੂੰ ਕੁਝ ਇਸ ਤਰ੍ਹਾਂ ਦਿਖਾਇਆ ਜਾ ਸਕਦਾ ਹੈ ਸਮਝ ਗਏ ਮੰਨ ਲਓ x ਐਕਸਿਸ ਤੁਹਾਡੇ ਵੱਲ ਹੈ y ਐਕਸਿਸ ਤੇ ऑसिलेट ਹੋ ਰਹੀ ਹੈ ਤਾਂ ਤੁਹਾਡੇ ਕੋਲ ਆ ਰਹੀ ਹੈ ਇੱਕ ओरिएंटेशन ਹੋ ਗਈ ਇਹ ਇਸ ਤਰ੍ਹਾਂ ਵੀ ਆ ਸਕਦੀ ਹੈ ਇਥੇ xz ਪਲੇਨ ਹੋ ਗਿਆ ਤੇ ਇਹ ਕਿਸੇ ਐਂਗਲ ਤੇ ਵੀ ਹੋ ਸਕਦਾ ਹੈ ਬਟ ਔਸੀਲੇਸ਼ਨ ਹਮੇਸ਼ਾ ਇੱਕ ਪਲੇਨ ਚ ਹੋ ਰਹੀ ਹੈ ਇਥੇ ਹੈ ਪਲੇਨ xy ਪਲੇਨ ਜਿੱਥੋਂ ਅਸੀਂ ਸਟਾਰਟ ਕੀਤਾ ਸੀ ਜਿਹੜਾ ਸਾਡਾ ਸਨ ਹੈ ਉਹ ਇਦਾਂ ਦੀ ਸਿੰਪਲ ਲਾਈਟ ਨਹੀਂ ਭੇਜਦਾ ਇਹ ਜਿਹੜੀ ਸਿੰਪਲ ਵੇਵ ਹੈ ਇਹਨੂੰ ਕਹਾਂਗੇ ਪੋਲਰਾਈਜ਼ਡ ਬਿਕੋਜ਼ ਇਹ ਇੱਕੋ ਪਲੇਨ ਚ ਹੋ ਰਹੀ ਹੈ ਜਿਹੜਾ ਸਨ ਸਾਨੂੰ ਆਉਟਪੁੱਟ ਦਿੰਦਾ ਹੈ ਉਹਦੇ ਚ ਡਿਫਰੈਂਟ ਡਿਫਰੈਂਟ ਪਲੇਨਸ ਚ ਲਾਈਟ ਹੁੰਦੀ ਹੈ ਇਥੇ ਦੇਖੋ ਕਿੰਨੇ ਵੀ ਕੰਬੀਨੇਸ਼ਨ ਹੋ ਸਕਦੇ ਹਨ ਕਿਸੇ ਵੀ ਐਂਗਲ ਤੇ ਹੋ ਸਕਦੀ ਹੈ ਇਲੈਕਟ੍ਰਿਕ ਫੀਲਡ ਜਿਹੜੀ ਸੰਦੀ ਹੈ ਜਿਹੜੀ ਲਾਈਟ ਦੀ that is oscillating in different planes ਸਿੰਪਲ ਨਹੀਂ ਹੈ ਸਾਡੇ ਵਾਂਗੂ ਇੱਕੋ ਲਾਈਨ ਇੱਕੋ ਪਲੇਨ ਚ ਨਹੀਂ ਜਾ ਰਹੀ ਹੈ ਇਹ ਕਿਲਾਈ ਗਈ ਅਨਪੋਲਰਾਈਜ਼ਡ ਲਾਈਟ ਪੋਲਰਾਈਜ਼ਡ ਲਾਈਟ ਕੀ ਸੀ ਉਹ ਸਾਡੇ ਸਿੰਪਲ ਇੱਕੋ ਹੀ ਪਲੇਨ ਚ ਜਦੋਂ ਅਸੀਂ ਡਾਇਗਰਾਮ ਬਣਾਇਆ ਸੀ ਸੋ ਥਿਸ will be the ਅਨਪੋਲਰਾਈਜ਼ਡ ਲਾਈਟ ਐਂਡ ਵੀ ਆਰ ਸ਼ੋਇੰਗ ਇਟ ਬਾਈ ਦ ਸਿੰਪਲਸ ਨਾਓ ਕੈਨ ਵੀ ਕਨਵਰਟ ਇਟ ਇਨਟੂ ਦ ਪੋਲਰਾਈਜ਼ ਲਾਈਟ ਜੇ ਸਾਨੂੰ ਉਹੀ ਸਿੰਪਲ ਇੱਕੋ ਹੀ ਪਲੇਨ ਚ ਲਾਈਟ ਚਾਹੀਦੀ ਹੋਏ ਅਸੀਂ ਕੀ ਬਣਾ ਸਕਦੇ ਹਾਂ ਯੈਸ ਸੋ ਫਰਸਟ ਮੈਥਡ ਇਜ਼ ਯੂਜ਼ਡ ਪੋਲਰਾਈਜ਼ਰਸ ਯਾ ਪੋਲਰਾਈਡਸ ਸਾਡੇ ਜਿਹੜੇ ਕਾਲੇ ਚਸ਼ਮੇ ਹਨ ਉਹ ਯੂਜ਼ ਕਰੋ ਸੈਕੰਡ ਬਾਇ ਰਿਫਲੈਕਸ਼ਨ ਆਲਸੋ ਪੋਲਰਾਈਜ਼ੇਸ਼ਨ ਕਰ ਸਕਦੇ ਹਾਂ ਤੇ ਥਰਡ ਬਾਇ ਸਕੈਟਰਿੰਗ ਫੀਨੋਮੇਨਾ ਇਹ ਤਿੰਨੋਂ ਤਰੀਕੇ ਅਸੀਂ ਸਮਝਣੇ ਹਨ ਪਹਿਲੇ ਸਟਾਰਟ ਕਰਦੇ ਹਾਂ ਇਹ ਜਿਹੜੇ ਚਸ਼ਮੇ ਹਨ ਪੋਲਰਾਈਜ਼ਰਸ ਹਨ ਉਹ ਕਿਦਾਂ ਕੰਮ ਕਰਦੇ ਹਨ ਤਾਂ ਪੋਲਰਾਈਜ਼ਰਸ ਕੁਝ ਨਹੀਂ ਹੈ ਇਹ ਸਨ ਗਲਾਸੇਜ਼ ਹੀ ਹਨ ਜਿਹੜੇ ਅਸੀਂ ਜਨਰਲੀ ਦੇਖਦੇ ਹਾਂ ਇਹ ਹਨ ਕੀ ਥੋੜਾ ਪੜ ਲਈਏ ਇਹ ਲੌਂਗ ਚੇਨ ਆਫ ਪੋਲੀਮਰਸ ਹੁੰਦੇ ਹਨ ਜਿਵੇਂ ਪੋਲੀਥੀਨ ਉਹਦਾ ਦੇ ਪੋਲੀਮਰਸ ਹੁੰਦੇ ਹਨ ਜਿਹੜੇ ਇਸ ਤਰ੍ਹਾਂ ਨਾਲ ਅਲਾਈਨ ਹੁੰਦੇ ਹਨ ਹੈਨਾ ਉਹਨਾਂ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਇੱਕ ਹੀ ਪਲੇਨ ਚ ਲਾਈਟ ਨੂੰ ਅਲੋਅ ਕਰਦੇ ਹਨ ਪਾਸ ਕਰਨਾ ਦੂਜੇ ਪਲੇਨਸ ਨੂੰ ਰੈਸਟ੍ਰਿਕਟ ਕਰ ਲੈਂਦੇ ਹਨ ਐਬਜ਼ਾਰਬ ਕਰ ਲੈਂਦੇ ਹਨ ਸਿੰਪਲ ਪਾਸ਼ਾਚਾਸੀ ਸਮਝ ਸਕਦੇ ਹਾਂ ਕਿ ਜਿੱਦਾਂ ਇਹ ਗੋਗਲ पे ਹੀ ਹੋਏ ਪਿੱਛੋਂ ਸਨ ਲਾਈਟ ਆ ਰਹੀ ਹੋਏ ਅਨਪੋਲਰਾਈਜ਼ਡ ਰਾਈਟ ਆ ਰਹੀ ਹੋਏ ਤਾਂ ਜਿਹੜੀ ਲੌਂਗ ਚੇਨਸ ਆਫ ਪੋਲੀਮਰਸ ਹਨ ਉਹ ਸਿਰਫ ਇੱਕ ਡਾਇਰੈਕਸ਼ਨ ਜਾਂ ਇੱਕੋ ਹੀ ਪਲੇਨ ਦੀ ਲਾਈਟ ਅਲਾਉ ਕਰਦੇ ਹਨ ਇਹ ਜਿਹੜੀ ਸੈਂਟਰ ਚ ਰਹਗੀ ਤੇ ਜਿਹੜੇ ਬਾਕੀ ਕੰਪੋਨੈਂਟਸ ਹਨ ਜਿਹੜੇ ਡਿਫਰੈਂਟ ਪਲੇਨਸ ਹਨ ਉਹਨੂੰ ਰੈਸਟ੍ਰਿਕਟ ਕਰਦੇ ਹੈ ਜਿਹਦੇ ਕਰਕੇ ਤੁਹਾਨੂੰ ਅੱਖ ਚ ਜਿਹੜਾ ਹੈ ਲਾਈਟ ਦੇਖਣਾ ਜੀ ਗਲੇਅਰ ਹੋਵੇ ਉਹ ਕਮ ਹੋਏਗਾ ਤੁਹਾਨੂੰ ਪਰੇਸ਼ਾਨੀ ਨਹੀਂ ਹੋਏਗੀ ਸੀ ਹੈ ਲਾਈਟ ਇਸ ਪਾਸ ਥਰੂ ਓਨਲੀ ਵਨ ਪਲੇਨ ਇਹ ਜਿਹੜਾ ਤੁਹਾਨੂੰ ਐਕਸ ਵਾਈ ਪਲੇਨ ਦਿਖ ਰਿਹਾ ਹੈ ਸੋ lettes ਅ ਸਮਰਾਈਜ਼ ਵਾਟ ਵੀ ਹੈਵ ਅੰਡਰਸਟੂਡ we have converted unpolarized light to a polarized light with the help of polarizers or polarides ਇਹ ਜਿਹੜੀ ਪ੍ਰੋਸੈਸ ਹੋਏਗੀ ਇਹਨੂੰ ਅਸੀਂ ਕਹਿ ਸਕਦੇ ਹਾਂ ਵੀ ਹੈਵ ਡਨ ਪੋਲਰਾਈਜੇਸ਼ਨ ਆਫ ਲਾਈਟ ਲਾਈਟ ਨੂੰ ਪੋਲਰਾਈਜ਼ ਕਰ ਦਿੱਤਾ ਇੱਕੋ ਹੀ ਪਲੇਨ 'ਚ ਉਹਨੂੰ ਰਿਸਟ੍ਰਿਕਟ ਕਰ ਦਿੱਤਾ ਵਿਦ ਦਾ ਹੈਲਪ ਆਫ ਜਿਹੜਾ ਪਹਿਲਾ ਕੇਸ ਸੀ ਪੋਲਰਾਈਜ਼ਰਸ ਯੂਜ਼ ਕਰਕੇ ਪੋਲਰਾਈਡਸ ਯੂਜ਼ ਕਰਕੇ ਕੀ ਹੋਰ ਵੀ ਵੇਜ਼ ਹਨ ਜੀ ਹਾਂ ਹਨ ਔਰ ਉਹ ਇਸ ਤੋਂ ਵੀ ਸਹ ਹਨ ਚਸ਼ਮੇ ਦੀ ਲੋਡਣੀ ਹੈ ਪੋਲਰਾਈਜ਼ਰ ਦੀ ਲੋਡਣੀ ਹੈ ਲੋਡ ਹੈ ਸਿਰਫ ਇੱਕ ਸਰਫੇਸ ਦੀ ਸਿੱਧਾ ਮਨਾਲਾ ਮਾ ਥੋੜਾ ਜਿਆ ਇਸ ਦਾ ਕੋਈ ਸਰਫੇਸ ਹੈ ਜਿੱਥੇ ਜਿਹੜੀ ਸਨ ਰੇ ਹੈ ਅਨਪੋਲਰਾਈਜ਼ ਲਾਈਟ ਜਿਹੜੀ ਹੈ ਇਨਸੀਡੈਂਟ ਕਰ ਰਹੀ ਹੈ ਡਿਫਰੈਂਟ ਕਲਰ ਯੂਜ਼ ਕਰ ਲੈਦਾ ਰੈਡੀ ਯੂਜ਼ ਕਰੀਏ ਤਾਂ ਇਦਾਂ ਇਹ ਰੇ ਇੱਥੇ ਆਂਦੀ ਹੈ ਕੀ ਹੁੰਦਾ ਹੈ ਟਕਰਾਉਣ ਦੇ ਬਾਅਦ ਕੁਝ ਲਾਈਟ ਰਿਫ੍ਰੈਕਟ ਹੋਏਗੀ ਕੁਝ ਲਾਈਟ ਰਿਫਲੈਕਟ ਹੋਏਗੀ तो यह जी रिफलैक्टिड लाइट है ये पाया गया है कि काफ़ी हद तक योलराइज्ड हो जाती है यानी कि यह पोलराइजेषन हो जाती है परफेक्ट नहीं हो सकती कई बार परफेक्ट भी हो जाती है जी असी अगे पढ़ा की कंडीशन है बट अगर इदा हो जाता है सिर्फ एको ही प्लेन लाइट आ जाती है इलेक्ट्रिक फील्ड के ओसोलेशन वी विल कॉल इट फुली पोलराइज बट प्रैक्टिकली होंगे है ज़्यादातर पारशियल पोलराइज होंगी है यानी कि कुछ होर प्लेन्स भी होंगे जिथे इलैक्ट्रिक फील्ड जी हैलेट करती है दैन इन दैट केस वी विल कॉल दैट आफ्टर रिफलैक्शन पारशियली पोलराइज लाइट हुई असंता रिफ्लैक्शन के कारण किया इतने चश्मा यूज नहीं किया सो वी विल कॉल इट पोलराइजेन बाय रिफलैक्शन इस दियर अनादर वे यस ਸਾਡੇ ਜਿਹੜੇ 에ਅਰ ਮੋਲੀਕਿਊਲਸ ਹਨ ਉਹ ਵੀ ਕਰਦੇ ਹਨ ਉਹ ਕਿਸ ਤਰੀਕੇ ਨਾਲ ਰਿਫਲੈਕਸ਼ਨ ਨਹੀਂ ਇੱਕ ਤਰ੍ਹਾਂ ਨਾਲ ਲਾਈਟ ਨੂੰ ਬਿਖੇਰ ਦਿੰਦੇ ਹਨ ਹਰ ਪਾਸੇ ਇਹਨੂੰ ਕਹਿੰਦੇ ਆ ਸਕੈਟਰਿੰਗ 에ਅਰ ਦਾ ਇੱਕ ਮੋਲੀਕਿਊਲ ਹੈ ਉਹਨੇ ਲਾਈਟ ਨੂੰ ਬਿਖੇਰ ਦਿੱਤਾ ਰਿਫਲੈਕਸ਼ਨ ਦੀ ਤਰ੍ਹਾਂ ਹੀ ਹੋ ਰਿਹਾ ਹੈ ਇੱਥੇ ਵੀ ਲਾਈਟ ਪੋਲਰਾਈਜ਼ਡ ਹੋ ਸਕਦੀ ਹੈ ਫੁੱਲੀ ਹੋ ਜਾਏਗੀ ये भी हो सकता है कि पूरी तरह पोलराइज हो जाए चांसेस काट हैं बट अगर थोड़ा भी पोलराइज होंगी है यानी कि पार्शली पोलराइज होती है कुछ होर प्लेन्स भी जितने इलैक्ट्रिक फील्ड रही है तो असं कहों पार्शली पोलराइज हो गई लाइट बट इन दिस केस वॉट हैपन वी हैव डन पोलराइजेशन ऑफ लाइट बाय स्कैटरिंग सो देर आर थ्री वेज रिमेंबर्स ऑल दीज थ्री दीज आर इन आर सिलेबस